ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਅਮਨ ਸ਼ਾਂਤੀ ਜਿਹੜੀ ਹੈਗੀ ਹੈ ਸਟੇਟ ਨੂੰ ਕਾਇਮ ਕਰਨ ਲਈ ਅਤੇ ਮਾਨਯੋਗ ਡੀ ਜੀ ਪੀ ਸਾਹਿਬ ਦੀ ਹਦਾਇਤਾਂ ਅਤੇ ਸਾਡੇ ਏ ਡੀ ਜੀ ਪੀ ਸਾਹਿਬ ਐਸ ਟੀ ਐਫ ਦੀ ਹਦਾਇਤਾਂ ਅਨੁਸਾਰ ਅਸੀਂ ਵਚਨਬੰਧ ਹੈਗੇ ਹਾਂ ਏ ਡੀ ਟੀ ਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਸਦਾ ਉਦੇਸ਼ ਹੀ ਇਹ ਹੈਗਾ ਕਿ ਜਿਹੜੇ ਰੈਡੀਕਲਾਈਜ਼ਡ ਜਾਂ ਆਰਗਨਾਈਜ਼ਡ ਕ੍ਰਿਮੀਨਲਸ ਹੈਗੇ ਆ ਉਹਨਾਂ ਨੂੰ ਖਤਮ ਕਰਨ ਦਾ ਹੈਗਾ ਅਤੇ ਉਹਨਾਂ ਨੂੰ ਐਜ਼ ਪਰ ਲਾਅ ਡੀਲ ਕਰਨ ਲਈ ਇਸ ਦੇ ਲੜੀ ਦੇ ਵਿੱਚ ਹੀ ਅੱਜ ਅਸੀਂ ਤਿੰਨ ਸ਼ੂਟਰਸ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਹੜੇ ਤਿੰਨ ਸ਼ੂਟਰਸ ਨੇ ਇਹ ਸੋਨੂ ਖੱਤਰੀ ਜਿਹੜਾ ਗੈਂਗਸਟਰ ਹੈਗਾ ਉਸਦੇ ਇਹ ਸ਼ੂਟਰਸ ਨੇ ਜਿਹੜਾ ਸੋਨੂ ਖੱਤਰੀ ਹੈਗਾ ਇਹ ਰੈਡੀਕਲਾਈਜ਼ਡ ਜਿਹੜਾ ਟੈਰਰਿਸਟ ਹੈਗਾ ਰਿੰਡਾ ਜੋ ਕਿ ਪਾਕਿਸਤਾਨ ਬੇਸਡ ਹੈਗਾ ਉਸਦਾ ਇਹ ਬਹੁਤ ਕਰੀਬੀ ਦਾ ਐਸੋਸੀਏਟ ਹੈਗਾ ਇਹ ਜਿਹੜੇ ਤਿੰਨ ਸ਼ੂਟਰ ਜਿਹੜੇ ਅਸੀਂ ਅੱਜ ਫੜੇ ਨੇ ਉਹਨਾਂ ਦੇ ਵਿੱਚ ਇੱਕ ਸੁਖਮਨ ਬਰਾੜ ਹੈਗਾ ਇੱਕ ਤੁਹਾਡਾ ਹੈਗਾ ਜੋਗਰਾਜ ਸਿੰਘ ਜੋਗਾ ਅਤੇ ਇੱਕ ਲੋਧੀਵਾਲ ਜੱਸਾ ਲੋਧੀਵਾਲ ਠੀਕ ਹੈ ਇਹ ਜਿਹੜੇ ਅਸੀਂ ਇਹ ਜਿਹੜੇ ਸ਼ੂਟਰਸ ਹੈਗੇ ਨੇ ਇਹ ਗੁਰੂਗ੍ਰਾਮ ਅਤੇ ਇੰਡੋ ਨੇਪਾਲ ਬਾਰਡਰ ਸੰਜੋਲੀ ਜ਼ਿਲ੍ਹਾ ਗੋਰਖਪੁਰ ਯੂਪੀ ਤੋਂ ਗ੍ਰਿਫਤਾਰ ਕੀਤੇ ਨੇ ਅਤੇ ਇਹ ਜਿਹੜੇ ਸ਼ੂਟਰਸ ਨੇ ਇਹ ਜਿਹੜੀ ਮੁੱਢਲੀ ਤਫਤੀਸ਼ ਹੈ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇਹ ਜਿਹੜੇ ਸ਼ੂਟਰਸ ਨੇ ਇਹ ਹੁਣ ਮੁੱਢਲੀ ਤਫਤੀਸ਼ ਦੀ ਗੱਲ ਕਰ ਰਹੇ ਹਾਂ ਹਾਲੇ ਤੱਕ ਇਹਨਾਂ ਦੀ ਪੰਜ ਕਤਲ ਕੇਸਾਂ ਵਿੱਚ ਸ਼ਮੂਲੀਅਤ ਜਿਹੜੀ ਹੈਗੀ ਹੈ ਉਹ ਨਜ਼ਰ ਆਈ ਹੈ ਅਤੇ ਸੱਤ ਅੱਠ ਜਿਹੜੇ ਇਰਾਦਾ ਕਤਲ ਦੇ ਕੇਸ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਆਈ ਹੈ ਅਤੇ ਗਹਿਣ ਜਾਂਚ ਹੋਏਗੀ ਉਸ ਤੋਂ ਬਾਅਦ ਹੀ ਸਾਰਾ ਕੁਝ ਅਸੀਂ ਇਹਨਾਂ ਦਾ ਤੁਹਾਨੂੰ ਵਿਸਥਾਰਪੂਰਵਕ ਦੱਸ ਸਕਾਂਗੇ ਇਹਨਾਂ ਤੋਂ ਫਿਲਹਾਲ ਸਾਡੇ ਕੋਲ ਤਿੰਨ ਫੋਰਨ ਮੇਡ ਸਫਿਸਟੀਕੇਟਡ ਵੈਪਨਸ ਇਹਨਾਂ ਤੋਂ ਰਿਕਵਰ ਹੋਏ ਨੇ ਜੀ ਤੇ ਜਿਹੜੀ ਇਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਇਹ ਜਿਹੜਾ ਸਾਰਾ ਜਿਹੜਾ ਗੈਂਗ ਹੈ ਦੁਆਬੇ ਦੇ ਵਿੱਚ ਜਿਹੜੇ ਇਹ ਜਿਹੜੇ 20 ਤੋਂ 30 ਸਾਲਾਂ ਦੇ ਜਿਹੜੇ ਹੈਗੇ ਆ ਮੁੰਡਿਆਂ ਨੂੰ ਵਰਗਲਾ ਕੇ ਅਤੇ ਉਹਨਾਂ ਨੂੰ ਪ੍ਰਲੋਭਨ ਦੇ ਕੇ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰਦਾ ਜਿਹੜਾ ਕਿ ਇੱਕ ਲੋੜੀਂਦਾ ਸਾਨੂੰ ਇੱਕ ਕ੍ਰਿਮੀਨਲ ਹੈਗਾ ਜਿਹੜਾ ਕਿ ਹੁਣ ਫੇਕ ਪਾਸਪੋਰਟ ਤੇ ਸਾਡੀ ਜਾਣਕਾਰੀ ਅਨੁਸਾਰ ਯੂ ਐਸ ਦੇ ਵਿੱਚ ਆਪਣੇ ਆਪ ਨੂੰ ਉਸਨੇ ਲੁਕੋ ਕੇ ਰੱਖਿਆ ਹੋਇਆ ਹੈਗਾ ਅਤੇ ਉਸਨੇ ਇਹਨਾਂ ਨੂੰ ਇਹੀ ਪ੍ਰਲੋਭਨ ਦੇ ਕੇ ਪੈਸੇ ਦਾ ਅਤੇ ਪਾਸਪੋਰਟਸ ਨੂੰ ਫੇਕ ਪਾਰਟੀਕੁਲਰਸ ਉੱਤੇ ਬਣਵਾ ਕੇ ਇਹਨਾਂ ਨੂੰ ਬਾਹਰ ਕੱਢਣ ਦਾ ਜਿਹੜਾ ਲਾਲਚ ਦੇ ਕੇ ਆਪਣੇ ਗੈਂਗ ਵਿੱਚ ਸ਼ਾਮਲ ਕੀਤਾ ਹੋਇਆ ਹੈ ਅਤੇ ਇਨ੍ਹਾਂ ਸ਼ੂਟਰਾਂ ਤੋਂ ਇਹ ਕੰਟਰੈਕਟ ਕਿਲਿੰਗਸ ਕਰਾਉਂਦਾ ਹੈ ਆਪਣੇ ਗੈਂਗ ਜਿਹੜੇ ਇਹਦੇ ਗੈਂਗ ਦੇ ਜਿਹੜੇ ਉਲਟ ਬੰਦੇ ਚੱਲਦੇ ਨੇ ਉਹਨਾਂ ਉੱਤੇ ਇਹ ਇਹਨਾਂ ਤੇ ਅਟੈਕ ਲਵਾਉਂਦਾ ਅਤੇ ਇਸ ਦੀ ਆੜ ਦੇ ਵਿੱਚ ਇਹ ਆਪਣਾ ਬਹੁਤ ਵੱਡੇ ਪੱਧਰ ਤੇ ਡਰੱਗ ਕਾਟਲ ਵੀ ਚਲਾ ਰਿਹਾ ਰਿੰਡੇ ਦੀ ਦੇ ਨਾਲ ਮਿਲੀ ਭੁਗਤ ਦੇ ਨਾਲ ਸਰ ਇਹ ਮੈਟਰੋ ਪਲਾਜ਼ਾ ਤੇ ਜਿਹੜਾ ਹੋਇਆ ਸੀਗਾ ਫਾਇਰਿੰਗ ਇਸ ਮਾਮਲੇ ਚ ਵੀ ਇਨਵੋਲਵਮੈਂਟ ਹੈਗੀ ਇਹਨਾਂ ਦੀ ਜਿਹੜਾ 21/7 ਨੂੰ ਜਿਹੜਾ ਦਿਨ ਦਿਹਾੜੇ ਜਿਹੜਾ ਮੈਟਰੋ ਪਲਾਜ਼ਾ ਦੇ ਵਿੱਚ ਇੰਦਰ ਜੀਰਕਪੁਰ ਦੇ ਵਿੱਚ ਇੰਦਰ ਨਾਮ ਦੇ ਮੁੰਡੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਸੀਗਾ ਇਹ ਜੱਸਾ ਇੱਕ ਮਾਲੂਵਾਲੀਆ ਹੈਗਾ ਉਹ ਯੂ ਐਸ ਬੇਸਡ ਹੈਗਾ ਉਸਦਾ ਕੋਈ ਇਸ ਨਾਲ ਕੋਈ ਪਰਸਨਲ ਰੰਜਸ ਸੀਗੀ ਉਸਨੇ ਸੋਨੂ ਖੱਤਰੀ ਨਾਲ ਸੰਪਰਕ ਸਥਾਪਿਤ ਕੀਤਾ ਅਤੇ ਇਹ ਇਹਨੂੰ ਅਸੀਂ ਸਪਾਰੀ ਕਿਲਿੰਗ ਕਹਿ ਸਕਦੇ ਹਾਂ ਆਪਦੇ ਵੱਲੋਂ ਤਾਂ ਸਪਾਰੀ ਕਿਲਿੰਗ ਕਰਨ ਆਏ ਸੀਗੇ ਕਾਫੀ ਉਹਨਾਂ ਨੇ ਉਹਦੇ ਮਤਲਬ ਚਸ਼ ਤੇ ਗੋਲੀ ਵੱਜੀ ਹੈਗੀ ਆ ਹਲੇ ਵੀ ਉਹ ਆਪਣਾ ਉਪਚਾਰ ਅਧੀਨ ਹੈਗਾ ਤੇ ਉਸਦਾ ਜਿਹੜਾ ਮੇਨ ਸ਼ੂਟਰ ਸੀਗਾ ਸੁਖਮਨ ਬਰਾੜ ਉਸਨੂੰ ਵੀ ਅਸੀਂ ਗ੍ਰਿਫਤਾਰ ਕਰ ਲਿੱਤਾ ਹੈ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਈ ਪੰਜਾਬ ਚ ਹੋਰ ਕਿਸੇ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਇਹ ਕਿਸ ਤਰ੍ਹਾਂ ਇਹ ਪੂਰੀ ਇਹ ਹਲੇ ਗਹਿਣ ਜਾਂਚ ਦਾ ਵਿਸ਼ਾ ਹੈਗਾ ਜਿਹੜਾ ਅਸੀਂ ਆਉਂਦੇ ਸਮੇਂ ਦੇ ਵਿੱਚ ਆਪ ਨੂੰ ਸਮੇਂ ਸਿਰ ਬਾਅਦ ਅਪਡੇਟ ਦਿੰਦੇ ਰਹਾਂਗੇ ਇਹਦੇ ਵਿੱਚ ਇੱਕ ਬੜੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਸੋਨੂ ਖੱਤਰੀ ਸੀਗਾ ਇਹ ਆਪਣੇ ਗੈਂਗ ਮੈਂਬਰਾਂ ਨੂੰ ਵਾਰਦਾਤਾਂ ਕਰਵਾਉਣ ਲਈ ਪੰਜਾਬ ਗੈਂਗ ਬਣਾਇਆ ਹੋਇਆ ਸੀ ਇਹਨਾਂ ਨੂੰ ਹਥਿਆਰ ਕ੍ਰੋਸ ਬਾਰਡਰ ਹਥਿਆਰ ਵੀ ਸਪਲਾਈ ਕਰਦਾ ਸੀ ਇਹਨਾਂ ਤੋਂ ਵਾਰਦਾਤਾਂ ਕਰਵਾਉਂਦਾ ਸੀ ਅਤੇ ਇਹਨਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਤੇ ਨੇਪਾਲ ਦੇ ਵਿੱਚ ਹਾਈਡ ਆਊਟਸ ਦੇ ਵਿੱਚ ਛੁਪਾ ਕੇ ਰੱਖ ਲੈਂਦਾ ਸੀ ਅਤੇ ਇਹਨਾਂ ਨੂੰ ਆਪਣੇ ਕੁਝ ਸਾਥੀਆਂ ਨੂੰ ਇਸਨੇ ਪਾਸਪੋਰਟ ਜਿਹੜੇ ਫੇਕ ਪਾਰਟੀਕੁਲਰਸ ਤੇ ਬਣਾਏ ਸੀ ਉਸ ਦੇ ਨਾਲ ਬਾਹਰ ਕੱਢਿਆ ਜੋ ਸਾਡੀ ਹਲੇ ਤੱਕ ਦੀ ਮੁੱਢਲੀ ਤਫਤੀਸ਼ ਜਿਹੜੀ ਹੋਈ ਹੈ ਉਹਦੇ ਵਿੱਚ ਇਹਦਾ ਜਿਹੜਾ ਮੱਖਣ ਕੰਗ ਦਾ ਜਿਹੜਾ 2022 ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਉਹਦਾ ਜਿਹੜਾ ਇੱਕ ਅਕਿਊਜ਼ ਸੀ ਨੱਥਾ ਗੁੱਜਰ ਉਸ ਨੂੰ ਵੀ ਇਸਨੇ ਫੇਕ ਪਾਸਪੋਰਟ ਰਾਹੀਂ ਆਪਣਾ ਦਬਾਈ ਵਾਈ ਆਪਣਾ ਉੱਥੇ ਬਾਹਰ ਕੱਢਿਆ ਹੈਗਾ ਤੇ ਇਸੇ ਤਰ੍ਹਾਂ ਹੀ ਆ ਜਿਹੜੇ ਸ਼ੂਟਰ ਫੜੇ ਆ ਇਹਨਾਂ ਨੂੰ ਵੀ ਇਹ ਜਿਹੜੇ ਹੈਗੇ ਪਾਸਪੋਰਟ ਬਣਵਾਉਣ ਦੇ ਪ੍ਰਕਿਰਿਆ ਵਿੱਚ ਸੀਗਾ ਤਾਂ ਜੋ ਇਹਨਾਂ ਨੂੰ ਵੀ ਇੱਥੋਂ ਕੱਢਿਆ ਜਾ ਸਕੇ ਜਾਂ ਜੋ ਇਹ ਦੇਸ਼ ਦੇ ਕਾਨੂੰਨ ਤੋਂ ਪੰਜੇ ਤੋਂ ਬਚ ਸਕਣ।